ਖੇਤਰੀ ਪਾਰਟੀ ਆ, ਵੱਧ ਅਧਿਕਾਰਾਂ ਦੇ ਮਸਲੇ, ਕਿਸਾਨੀਆਂ ਦੇ ਮਸਲੇ, ਬੰਦੀ ਸਿੰਘਾਂ ਦੇ ਮਸਲੇ, ਡਿਵੈਲਪਮੈਂਟ ਦੇ ਮਸਲੇ, ਪੰਜਾਬ ਦੇ ਅੰਦਰ ਲਾ ਐਂਡ ਆਰਡਰ ਦੇ ਮਸਲੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਅਸੀਂ ਇਲੈਕਸ਼ਨ ਲੜ ਜਾ ਰਹੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਸ਼੍ਰੋਮਣੀ ਅਕਾਲੀ ਦਲ ਆ। ਸਮੇਂ ਸਮੇਂ ਦੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਨੇ, ਲੇਕਿਨ ਪੰਜਾਬ ਦੇ ਆਹ ਹਾਲਾਤ ਨਹੀਂ ਹੋਏ ਜੋ ਹੁਣ ਨੇ, ਇੱਥੇ ਸਰਕਾਰ ਦੀ ਕੋਈ ਚੀਜ਼ ਨਹੀਂ ਹੈ। ਸੋ ਮੈਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਲੋਕ ਸਭਾ ਵਿੱਚ ਪਹੁੰਚ ਕੇ ਸਟੇਟ ਦੇ ਸਾਰੇ ਮੁੱਦੇ ਜਿਹੜੇ ਉਹ ਚੱਕਾਂਗੇ। ਮੈਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਘੁੰਮਦਾ, ਜੋ ਜੋ ਵੀ ਸੈਂਟਰ ਗੌਰਮੈਂਟ ਨਾਲ ਰਿਲੇਟਡ ਗੱਲਾਂ ਮੇਰੇ ਧਿਆਨ ਵਿੱਚ ਆਈ ਜਾਂਦੀਆਂ ਨੇ ਉਹ ਅਸੀਂ ਨੋਟ ਕਰੀ ਜਾਂਦੇ ਹਾਂ। ਜੋ ਇੱਥੇ ਕਹਾਂਗੇ ਉਹੀ ਸੰਸਦ ਦੇ ਵਿੱਚ ਕਹਾਂਗੇ, ਕੋਈ ਕਿਸੇ ਗੱਲ ਦਾ ਬਦਲਾਅ ਨਹੀਂ ਆਉਂਦਾ। ਬਾਕੀ ਸਾਰੀਆਂ ਹੀ ਪਾਰਟੀਆਂ ਇੱਥੇ ਆ ਕੇ ਹੋਰ ਬੋਲਦੀਆਂ ਨੇ, ਅਗਲੀ ਸਟੇਟ 'ਚ ਹੋਰ ਬੋਲਦੀਆਂ ਅਤੇ ਦਿੱਲੀ ਜਾ ਕੇ ਕੁਛ ਹੋਰ ਬੋਲਦੀਆਂ। ਸੋ ਮੈਂ ਬੇਨਤੀ ਕਰੂੰਗਾ ਕਿ ਸਾਰੇ ਮਸਲੇ ਮੇਰੇ ਧਿਆਨ ਵਿੱਚ ਨੇ, ਡਿਵੈਲਪਮੈਂਟ ਸਾਡਾ ਮੁੱਦਾ ਵਾ। ਪੰਜਾਬ 'ਚ ਜੇ ਕਿਸੇ ਨੇ ਡਿਵੈਲਪਮੈਂਟ ਕੀਤੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ। ਜਦੋਂ ਦੇ ਅਸੀਂ ਸਰਕਾਰ ਛੱਡ ਕੇ ਗਏ ਹਾਂ, ਨਾ ਅਕਾਲੀ ਦਲ ਨੇ ਕੁਛ, ਨਾ ਕਾਂਗਰਸ ਨੇ ਕੁਛ ਕੀਤਾ, ਨਾ ਆਮ ਪਾਰਟੀ ਨੇ ਕੀਤਾ, ਸਭ ਕੁਛ ਅਕਾਲੀ ਦਲ ਨੇ ਕੀਤਾ। ਸੋ ਮੈਂ ਬੇਨਤੀ ਕਰੂੰਗਾ ਕਿ ਡਟ ਕੇ ਸ਼੍ਰੋਮਣੀ ਅਕਾਲੀ ਦਲ ਸਾਥ ਦਿਓ। ਮੈਂ ਇਸ ਸੀਟ 'ਤੇ ਜਿੱਤ ਦਰਜ ਕਰੂੰਗਾ ਔਰ ਇੱਥੋਂ ਦੇ ਮਸਲੇ ਮੰਗਾਂ ਲਾਉਣਾ ਲੋਕ ਸਭਾ 'ਚ। ਜੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਦੇ ਉਮੀਦਵਾਰ ਨੇ ਵਿਕਰਮ ਸਿੰਘ ਖਾਲਸਾ ਜੀ, ਉਹਨਾਂ ਦੇ ਨਾਲ ਸਾਡੇ ਜੋ ਪਾਰਲੀਮੈਂਟ ਹਲਕਾ ਫਤਿਹਗੜ੍ਹ ਸਾਹਿਬ ਦੇ ਕੋਆਰਡੀਨੇਟਰ ਨੇ ਸੰਤ ਸਿੰਘ ਮਹਿਤਪੁਰੀ ਜੀ, ਦੋਨਾਂ ਦੀਆਂ ਅੱਜ ਮੀਟਿੰਗਾਂ 'ਚ ਬਹੁਤ ਵਧੀਆ ਮਲੂ ਸ਼ਹਿਰ ਅਤੇ ਮਲੂ ਸ਼ਹਿਰ ਦੇ ਵਿੱਚ ਵੱਖ ਵੱਖ ਵਾਰਡਾਂ ਦੇ ਵਿੱਚ ਉਹਨਾਂ ਵਾਰਡਾਂ ਦੀ ਬਹੁਤ ਸ਼ਾਨਦਾਰ ਚੰਗੀਆਂ ਮੀਟਿੰਗਾਂ ਹੋਈਆਂ ਨੇ। ਹਰੇਕ ਵਾਰਡ ਦੇ ਵਿੱਚ ਲੱਡੂਆਂ ਤੋਲਿਆ ਗਿਆ, ਉਹਨਾਂ ਨੂੰ ਜੋਖਿਆ ਗਿਆ, ਅਤੇ ਸੰਗਤ ਦਾ ਬਹੁਤ, ਬੀਬੀਆਂ, ਨੌਜਵਾਨ, ਵੀਰ, ਬੱਚੇ ਸਾਰੇ ਬਹੁਤ ਵੱਡੀ ਗਿਣਤੀ 'ਚ ਆਏ ਸੀ। ਸੋ ਰੈਲੀਆਂ ਇੱਕ ਵੱਡੇ ਇਕੱਠ ਦੇ, ਜੋ ਮੀਟਿੰਗਾਂ ਸੀ ਵੱਡੇ ਇਕੱਠ ਦੇ ਰੂਪ 'ਚ ਧਾਰਨ ਕਰ ਗਈਆਂ। ਸੋ ਜੋ ਵਿਕਾਸ ਅਮਲੋ ਸ਼ਹਿਰ ਦੀ ਗੱਲ ਕਰ ਲਈ ਖਾਸ ਕਰਕੇ, ਜੋ ਪਿਛਲੇ 50 ਸਾਲ ਪਹਿਲਾਂ ਕੋਈ ਵਿਕਾਸ ਨਹੀਂ ਹੋਇਆ, ਅਕਾਲੀ ਦਲ ਦੀ ਸਰਕਾਰ ਵਾਲੇ ਸੀਵਰੇਜ, ਪੀਣ ਵਾਲਾ ਪਾਣੀ, ਸੜਕਾਂ, ਸਟਰੀਟ ਲਾਈਟਾਂ ਦਾ ਪ੍ਰਬੰਧ ਹੋਇਆ, ਉਹਦੇ ਬਹੁਤ ਵੱਡਾ ਕਾਇਆ ਕਲਪ ਹੋਈ ਆ। ਸੋ ਇਸ ਕਰਕੇ ਇਸੇ ਤਰ੍ਹਾਂ ਵੀ ਅੱਜ ਸਾਰਿਆਂ ਨੇ ਇਹ ਮਤਲਬ ਵਿਸ਼ਵਾਸ ਦਵਾਇਆ ਕਿ ਅਸੀਂ ਆਉਂਦੀਆਂ ਪਾਰਲੀਮੈਂਟ ਚੋਣਾਂ ਅਮਲੋ ਸ਼ਹਿਰ ਤੋਂ, ਅਮਲੋ ਹਲਕੇ ਤੋਂ ਜਿਤਾ ਕੇ ਭੇਜਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ। ਅਤੇ 1 ਤਰੀਕ ਨੂੰ ਵੋਟਾਂ ਦੀ ਸਾਰਿਆਂ ਨੂੰ ਅਪੀਲ ਬੇਨਤੀ ਕਰ ਰਹੇ ਹਾਂ ਅਤੇ ਮੈਂ ਸਮਝਦਾ ਕਿ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ, ਇੱਥੋਂ ਜਿੱਤ ਕੇ ਖਾਲਸਾ ਦੇ ਪਾਰਲੀਮੈਂਟ ਪਹੁੰਚਾਵਾਂਗੇ ਅਤੇ ਸਾਡੇ ਪੰਜਾਬ ਅਤੇ ਸਾਡੇ ਹਲਕਿਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਊਗਾ।